ਕਿ ਉਧਰਲੇ ਪਾਸੇ ਕਰਮਚਾਰੀ ਬਹੁਤ ਦੁਖੀ ਹੈ ਮਿੰਟੂ ਜੀ ਕਹਿੰਦੇ ਕਿ ਕਈ ਆਪਰੇ ਕੁਝ ਦੇ ਇਤਰਾਜ਼ ਆ ਰਹੇ ਨੇ ਕੁਝ ਕੁ ਦੇ ਸਾਰੇ ਤਾਂ ਨਹੀਂ ਸਾਰੇ ਨਹੀਂ ਹੈ ਪਰ ਕੁਝ ਕਹਿੰਦੇ ਕਿ ਵਧੀਆ ਹੋ ਗਿਆ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਖਾਸ ਕਰਕੇ ਜਿੱਦਾਂ ਕਿ ਗਨਮੈਨ ਵਗੈਰਾ ਨੇ ਲੱਗੇ ਹੋਏ ਅਫਸਰਾਂ ਦੇ ਨਾਲ ਉਹ ਕਨੇਰ ਸਾਡੇ ਲਈ ਤਾਂ ਉਹੀ ਚੀਜ਼ ਹੈ ਕਹਿੰਦੇ ਕਿ ਸਾਡੇ ਲਈ 5-6 ਵਜੇ ਤੱਕ ਜਾਂ 7 ਵਜੇ ਤੱਕ ਅਸੀਂ ਹਮੇ ਵਾਪਸ ਹੀ ਆਉਣਾ ਸਗੋ ਸਵੇਰੇ ਅਰਲੀ ਜਾਣਾ ਪੈ ਰਿਹਾ ਸਾਨੂੰ ਉਹਨਾਂ ਦੀ ਇਹ ਸਮੱਸਿਆ ਆਪਣੀ ਆ ਕੁਝ ਕੁ ਹੋਰ ਨੇ ਜਿਹੜੇ ਕਹਿੰਦੇ ਕਿ ਉਹ ਕੰਦਰ ਨੂੰ ਵੀ ਘਰੇ ਇੱਥੇ ਠੱਲੀ ਰੱਖਦੇ ਆ ਹਾਂਜੀ ਇਹਨਾਂ ਨੂੰ ਛੱਡਾਂਗੇ ਤੇ 5:7 ਵਜੇ 5:7 ਵਜੇ ਹਾਂ ਵੀ ਜੇ 4:00 ਵਜੇ ਮੀਟਿੰਗ ਆ ਗਈ ਦੁਬਾਰੇ ਜਾਣਾ ਚਲੋ ਸਭ ਤਾਂ ਦੁਬਾਰੇ ਚਲੇ ਗਏ ਉਹ ਨਹੀਂ ਉਹ ਤਾਂ ਰਾਤ ਤੱਕ ਉੱਥੇ ਰਹਿਣਗੇ ਉਹਨਾਂ ਨੂੰ ਕੀ ਹੈ ਉਹਨਾਂ ਨੂੰ ਸਗੋਂ ਸਵੇਰ ਵਾਲਾ ਸਮਾਂ ਵੱਧ ਗਿਆ ਤੇ ਕਈ ਵਿਚਾਰੇ ਕਹਿੰਦੇ ਕਿ ਯਾਰ ਦਵੇਰੇ ਆਪਣਾ ਦਿਨੇ ਸਾਨੂੰ ਕਹਿੰਦੇ ਕਿ ਝੂਟੀਆਂ ਆਉਣ ਲੱਗ ਜਾਂਦੀਆਂ ਨੇ ਨੀਂਦ ਆਉਣ ਲੱਗ ਜਾਂਦੀ ਹੈ ਕਿ ਕਈ ਹੈ ਕਹਿੰਦੇ ਇਹਨਾਂ ਨੇ ਤਾਂ ਮੈਨੂੰ ਲੱਗਦਾ ਕਿ ਲੰਚ ਟਾਈਮ ਵੀ ਖਤਮ ਕਰ ਦਿੱਤਾ ਜੀ ਅੱਧਾ ਘੰਟਾ ਵੈਸੇ ਘਟਾ ਦਿੱਤਾ ਡਿਊਟੀ 8:00 ਵਜੇ ਸਾਢੇ 7:00 ਆ ਜੀ ਸਾਢੇ 7:00 ਔਰ ਸਾਢੇ 7 ਘੰਟੇ ਪਰ ਕੁਝ ਇਤਰਾਜ਼ ਨੇ ਜਿਵੇਂ ਸਿਵਲ ਸੈਕਟਰੀ ਅੱਚ ਜਾ ਕੇ ਦੇਖਿਆ ਕੁਝ ਪੱਤਰਕਾਰਾਂ ਨੇ ਉਹ ਜਿਹੜੀਆਂ ਬੀਬੀਆਂ ਸੀ ਜਿਹੜੀ ਮਤਲਬ ਹੁਣ ਦੇਖੋ ਕਈ ਵਾਰ ਕੀ ਹੈ ਕਿ ਮੰਨ ਲਓ ਇੱਕ ਬੀਬੀ ਹੈ ਘਰ ਦੇ ਵਿੱਚ ਉਹਨੇ ਬੱਚੇ ਛੱਡਨੇ ਆ ਉਹਨੇ ਫਿਰ ਤਿਆਰ ਹੋ ਕੇ ਜੌਬ ਤੇ ਜਾਣਾ ਉਹਨਾਂ ਵਾਸਤੇ ਸਮੱਸਿਆ ਆਈ ਜੀ ਸਮੱਸਿਆ ਆਈ ਆ ਤਾਂ ਮਤਲਬ ਕਿ ਕਿਤੇ ਇਸ ਚੀਜ਼ ਦਾ ਸਵਾਗਤ ਹੋ ਰਿਹਾ ਕਿਤੇ ਇਸ ਚੀਜ਼ ਦਾ ਵਿਰੋਧ ਵੀ ਹੋ ਰਿਹਾ ਇੱਕ ਕਰਮਚਾਰੀ ਦੀ ਮੈਂ ਵੀਡੀਓ ਦੇਖ ਰਿਹਾ ਸੀ ਉੱਥੇ ਬੜਾ ਤੱਤਾ ਮੈਨੂੰ ਲੱਗਦਾ ਕਿ ਉਹਦਾ ਡੈਫੀਨਟਲੀ ਕੋਈ ਮੁੰਡਾ ਜਾਂ ਕੋਈ ਰਿਸ਼ਤੇਦਾਰ ਬਾਹਰ ਹੋਏਗਾ ਬਹੁਤ ਜਲਦੀ ਉਭਰ ਜਾਏਗਾ। ਕਿਉਂਕਿ ਇਹਨਾਂ ਨੇ ਕੱਢ ਦੇਣਾ ਜੀ ਵੀਡੀਓ ਪਹੁੰਚ ਗਈ। ਹਾਂਜੀ। ਉਹ ਬਹੁਤ ਗੱਲ ਪਿਆ ਬਹੁਤ ਗੱਲ ਪਿਆ ਕਹਿੰਦੇ ਆਪਾਂ ਤਾਂ ਪਤਾ ਇੱਥੇ ਪਟਵਾਰੀ ਦਾ ਕੀ ਰੌਲਾ ਪਿਆ ਸੀਗਾ ਜਿਹੜਾ ਇੱਥੇ ਸੀਗਾ ਮੇਰੇ ਖਿਆਲ ਨਾਲ ਰਾਮਪੁਰੇ ਕੰਨੀ ਦਾ ਉਹ ਵਿਚਾਰਾ ਉਹ ਬੜਾ ਉਹ ਬਾਅਦ ਦੇ ਵਿੱਚ ਕਹਿੰਦਾ ਕਿ ਨਾ ਹਾਜ਼ਰ ਮੈਂ ਕੋਈ ਵਾਈਟ ਸ਼ੀਟ ਦੇਣੀ ਨਹੀਂ ਛੱਡੂ ਮੇਰਾ ਕਹਿੜਾ ਕਹਨਾ। ਉਹੀ ਹੈ ਨਾ ਕਿ ਉਹ ਥੱਲੇ ਕਮੈਂਟਾਂ ਵਾਲੀ ਵੀ ਦੂਸਰਾ ਪੱਕ ਮੈਂ ਕਹ ਨਾ ਹੈਰਾਨਗੀ ਵਾਲਾ ਮਸਲਾ ਹੈ ਮੇਰਾ ਮੈਂ ਤਾਂ ਮੇਰੇ ਵਾਸਤੇ ਸਾਡੇ ਪੰਜਾਬੀ ਕਹਿੰਦੇ ਆ ਵੀ ਲੀਕ ਖਿੱਚ ਕੇ ਇੱਧਰ ਹੋ ਜਾ ਜਾ ਉੱਧਰ ਹੋ ਜਾ। ਵਿਚਾਰੀ ਦੋਆ ਕੋ ਖੜੀ ਗੱਲ ਕਰਨੀ ਨਹੀਂ ਹੈ ਬਾਈ। ਝੂਠੀ ਕਰ ਸੱਚੀ ਕਰ। ਝੂਠ ਸੱਚ ਨਾਲ ਖੁਸ਼ ਨਹੀਂ ਹੈ। ਤੇ ਸੁਣਨਾ ਵੀ ਉਹੀ ਹੈ ਜਰਾ, ਪ੍ਰਚਾਰਨਾ ਵੀ ਉਹੀ ਹੈ, ਚਰਣਾ ਵੀ ਗੱਲ ਇਹ ਹੈ ਕਿ ਬਾਈ ਜੇ ਕੋਈ EMPLOYE ਆਪਣੀ ਸਮੱਸਿਆ ਰੱਖ ਰਿਹਾ ਹੈ ਤਾਂ ਤੁਸੀਂ ਉੱਥੇ ਉਹਦੀ ਗੱਲ ਵੀ ਸੁਣ ਲਓ। ਤੇ ਉਹਦੀਆਂ ਬੇਸਿਕ ਸਮੱਸਿਆਵਾਂ ਕੀ ਨੇ? ਤੇ ਦੂਜਾ ਫਿਰ ਇਹ ਆ ਕਿ ਜਿੱਥੇ ਕੁਝ ਇਸ ਤਰ੍ਹਾਂ ਦੇ ਇਤਰਾਜ਼ ਹੈਗੇ ਨੇ ਤਾਂ ਉਹ ਸਵਾਲ ਬਣਦਾ ਹੈ ਕਿ ਕੀ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਅਧਿਕਾਰਗੀ ਦੀਆਂ ਅਧਕਾਰੀਆਂ ਦੀਆਂ ਜਥੇਬੰਦੀਆਂ ਨੇ ਕੀ ਤੁਸੀਂ ਉਹਨਾਂ ਨਾਲ ਵਿਚਾਰ ਵਟਾਂਦਰਾ ਸੱਚੀਓ ਕੀਤਾ ਸੀ ਤੁਸੀਂ ਤੇ ਦਾਵਾ ਕਰ ਰਹੇ ਹੋ ਕਿ ਅਸੀਂ ਸਾਰਿਆਂ ਤੋਂ ਪੁੱਛਿਆ ਜੀ ਸਾਰਿਆਂ ਤੋਂ ਗਿਛਿਆ ਜੀ ਕਿ ਸੱਚੀਓ ਤੁਸੀਂ ਇਸ ਤਰ੍ਹਾਂ ਦੀ ਕੋਈ ਆਪਸ ਦੇ ਵਿੱਚ ਡਿਸਕਸ਼ਨ ਕੀਤੀ ਸੀਗੀ ਜੀ ਜੇ ਕੀਤੀ ਸੀਗੀ ਸਹਿਮਤੀ ਬਣੀ ਹੈ ਤਾਂ ਹੁਣ ਵਿਰੋਧ ਘੱਟ ਹੋ ਰਿਹਾ ਪਰ ਸਰਕਾਰ ਦੇ ਫੈਸਲਿਆਂ ਦਾ ਹਮੇਸ਼ਾ ਕਿਤੇ ਨਾ ਕਿਤੇ ਵਿਰੋਧ ਤਾਂ ਹੁੰਦਾ ਹੀ ਆ ਪਰ ਇਹ ਵੀ ਸੱਚ ਹੈ ਕਿ ਉਹ ਸਭ ਕਰਮਚਾਰੀਆਂ ਨੂੰ ਸਮੱਸਿਆਵਾਂ ਜਿਹੜੀਆਂ ਜ਼ਿਆਦਾ ਵੱਧ ਕੇ ਆਈਆਂ ਨੇ ਸਾਹਮਣੇ ਜੀ ਬਿਲਕੁਲ ਤੇ ਇਧਰੋਂ ਜਰਾ ਮੈਂ ਕਮੈਂਟ ਲੈ ਲੈਣਾ ਜੀ ਕਹਿੰਦੇ ਕਿ ਵੈਸੇ ਠੀਕ ਹੈ ਜੀ ਸਮਾਂ ਬਦਲਿਆ ਜੀ ਕਹਿੰਦੇ ਕਿ ਕਈ ਦਾ ਇਦਾਂ ਕਹਿੰਦੇ ਹਰਪ੍ਰੀਤ ਸਿੰਘ ਜੀ ਕਹਿ ਰਹੇ ਕਹਿੰਦੇ ਕਿ ਉਹ ਕਹਿੰਦੇ ਠੀਕ ਲੱਗ ਰਿਹਾ ਸਾਡੇ ਹਿਸਾਬ ਨਾਲ ਤਾਂ ਤੇ ਨਾਲ ਹੀ ਕੋਰਟ ਕੰਪਲੈਕਸ ਦਾ ਵੀ 7 ਵਜੇ ਖੋਲਣਗਾ ਜੀ ਸਾਢੇ 7 ਦਾ ਟਾਈਮ ਹੈ ਵੀਰ ਵੈਸੇ ਤਾਂ ਹਰਜਿੰਦਰ ਜੀ ਪੁੱਛ ਰਿਹਾ ਮੇਰੇ ਖਿਆਲ ਨਾਲ ਕੋਰਟ ਤੇ ਵੀ ਇਹ ਲਾਗੂ ਹੈ ਕੋਰਟ 10 ਵਜੇ ਲੱਗਦੀ ਹੈ ਜੀ ਹਾਂ ਜੀ ਕੋਰਟ 10 ਵਜੇ ਲੱਗਦੀ ਆ ਮੈਨੂੰ ਲੱਗਦਾ ਕੋਰਟ ਚ ਸਮੇਂ ਦੇ ਕੋਈ ਤਬਦੀਲੀ ਨਹੀਂ ਹੋਏਗੀ ਉਹਦੇ ਚੱਕਰ ਹੋਰ ਵੀ ਬੜੀ ਦਿੱਕਤ ਹੈ ਨਾ ਹੁਣ فرض ਕਰੋ ਮਲੋਟ ਅਦਾਲਤ ਹੈ ਤਾਂ ਕਈ ਵਾਰ ਮਲੋਟ ਅਦਾਲਤ ਦੇ ਵਿੱਚ ਯੂਪੀ ਤੋਂ ਵੀ ਬੰਦੇ ਨੇ ਪੇਸ਼ੀ ਭੁਗਤਣਾ ਹਾਂਜੀ ਇਸ ਕਰਕੇ ਅਦਾਲਤਾਂ ਦਾ ਜਿਹੜਾ ਟਾਈਮ ਹੁੰਦਾ ਹੈ ਨਾ ਜ਼ਿਆਦਾਤਰ ਮੈਂ ਤੇ 10 ਵਜੇ ਦੇਖਿਆ ਆਪਣੀ ਜ਼ਿੰਦਗੀ ਚ ਹਾਂਜੀ ਤੇ ਅਦਾਲਤਾਂ ਤੇ ਇਹ ਹੁਕਮ ਲਾਗੂ ਹੋਇਆ ਕਿ ਨਹੀਂ ਤੇ ਇਹਦੇ ਬਾਰੇ ਕੋਈ ਮੈਨੂੰ ਨਹੀਂ ਲੱਗਦਾ ਕਿ ਕੋਈ ਸਪਸ਼ਟਤਾ ਹੈ ਹਾਂਜੀ ਕਿਤੇ ਕੋਈ ਸਪਸ਼ਟ ਨਹੀਂ ਕੀਤਾ ਹਾਂ ਹਾਂਜੀ ਕੋਈ ਸਪਸ਼ਟ ਨਹੀਂ ਜਿਸ ਤਰ੍ਹਾਂ ਕੱਲਾਪਾ ਡਾਕਟਰਾਂ ਦਾ ਵੀ ਹੋਊਗਾ ਹਾਂਜੀ ਅਦਾਲਤਾਂ ਦਾ ਇਹਨਾਂ ਨੇ ਕਹਿ ਦੇਣਾ ਸੀਗਾ ਜੀ ਕਿਉਂਕਿ ਸਵੇਰੇ ਤੁਸੀਂ ਦੇਖੋ فرض ਕਰੋ ਕਿਸੇ ਬੰਦੇ ਦੀ ਪੇਸ਼ੀ ਕੰਦੂ ਖੇੜਾ ਤਰੂ ਨਵੇੜਾ ਇੱਥੋਂ ਫਿਰੋਜ਼ਪੁਰਾ ਹੁਣ ਕੰਦੂ ਖੇੜਾ 30 ਕਿਲੋਮੀਟਰ ਮਲੋਟ ਤੋਂ ਹੈ ਹੋਰ ਤੋਂ ਹੈ 30 35 35 ਪੈਂਦਾ ਹੋਰ ਹੈ ਬਿਲਕੁਲ ਬਿਲਕੁਲ ਉੱਥੇ ਆਉਣਾ ਫਿਰ ਗਾਂ 100 ਕਿਲੋਮੀਟਰ ਗਾਂ ਜਾਏਗਾ ਬੰਦਾ ਇਹਦਾ ਮਤਲਬ ਹੈ ਕਿ ਉਹ ਤੜਕੇ 3 ਵਜੇ ਚੱਲੇ ਜੇ 7 ਵਜੇ ਪਹੁੰਚਣਾ ਹੈ ਜੀ ਤੇ 3 ਵਜੇ ਕਿਹੜੀ ਬੱਸ ਉੱਥੇ ਲੱਗੀ ਹੋਏਗੀ ਜੇ ਉਹਨਾਂ ਵਾਸਤੇ ਜਾਣਾ ਤੇ ਇਹਦਾ ਮਤਲਬ ਕਿ ਰਾਤ ਪਹਿਲਾਂ ਉੱਥੇ ਅਦਾਲਤ 'ਚ ਪਹੁੰਚੇ ਉਹ ਜਾਂ ਕਿਸੇ ਦੇ ਘਰੇ ਰਵੇ ਜੀ ਪੇਸ਼ੀ ਤੇ ਸੋ ਇਹ ਇਹ ਮੈਨੂੰ ਲੱਗਦਾ ਕਿ ਅਦਾਲਤਾਂ ਤੇ ਲਾਗੂ ਕਰਨਾ ਠੀਕ ਵੀ ਨਹੀਂ ਹੋਏਗਾ ਮੇਰਾ ਮੰਨਣਾ ਇਹ ਆ ਜੀ ਕਿਉਂਕਿ ਉੱਥੇ ਇੱਕ ਵਾਰੀ ਗੈਰਹਾਜ਼ਰੀ ਪੈ ਗਈ ਨਾ ਮਾਨ ਸਾਹਿਬ ਇਹ ਇਹ ਕੰਮ ਨਹੀਂ ਹੈਗਾ ਕਿ ਉੱਥੇ ਵਾਰਨਿੰਗ ਦੇ ਕੇ ਛੱਡ ਦੇਣਗੇ ਉੱਥੇ ਕਈ ਵਾਰ ਜ਼ਮਾਨਤ ਕੈਨਸਲ ਹੋ ਜਾਂਦੀ ਹੈ ਜੀ ਸਮਝਦੇ ਹੋ ਨਾ ਉੱਥੇ ਜੇ ਤੁਹਾਡਾ ਵਕੀਲ ਕੋਈ ਠੋਸ ਜਵਾਬ ਨਾ ਦੇ ਸਕੇ ਉਹ ਜ਼ਮਾਨਤ ਕੈਨਸਲ ਕਰਕੇ ਪਰੇ ਮਾਰ ਦੇ ਤੁਰਿਆ ਫਿਰ ਵਾਰੰਟ ਕੱਢ ਦਿੰਦੇ ਬਿਲਕੁਲ ਇਹ ਵੀ ਗੱਲ ਠੀਕ ਹੈ ਹਾਂ ਜੀ ਹਾਂ ਜੀ ਤੇ ਛੋਟਾ ਸਿੰਘ ਸੰਧੂ ਕਰੇ ਕਿ ਸਾਢੇ 7 ਵਜੇ ਦਾ ਟਾਈਮ ਹੈ ਜੀ ਚਲੋ ਉਧਰੋਂ ਕਈ ਵੀਰ ਪੁੱਛ ਰਹੇ ਸੀਗੇ ਕਿ ਨੇ ਕਿ ਭਾਈ ਫੇਸਬੁੱਕ ਤੇ ਉੱਤੇ ਕੀ ਟਾਈਮ ਆ ਲਾਈਵ ਹੋਣ ਦਾ ਟਾਈਮ ਸੇਮ ਹੀ ਆ ਜੀ ਭਾਰਤ ਦੇ ਹਿਸਾਬ ਨਾਲ ਸਾਢੇ 3 ਵਜੇ ਤੋਂ ਸਾਢੇ 4 ਵਜੇ ਤੱਕ ਆ YouTube ਦੇ ਉੱਤੇ ਵੀ ਇਸੇ ਸਮੇਂ ਦੇ ਉੱਤੇ ਲਾਈਵ ਹੁੰਨੇ ਨਾਲ ਨਾਲ ਫੇਸਬੁੱਕ ਦੇ ਉੱਤੇ ਲਾਈ ਨਵਜੋਤ ਸਿੰਘ ਸਿੱਧੂ ਨੇ ਜੀ ਕੱਲ ਕਹਿੰਨੇ ਕਿ ਟਵੀਟ ਕੀਤਾ ਤੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਮੁੱਦੇ ਚੁੱਕੇ ਆ ਕਿ ਰੇਤ ਸ਼ਰਾਬ ਕੇਵਲ ਮਾਫੀਆ ਪੰਜਾਬ ਸਰਕਰ ਜੇ ਬਾਰੇ ਜੋ ਸਰਕਰਜਾ ਚੱਲ ਰਿਹਾ ਉਹਦੇ ਬਾਰੇ ਦੱਸੋ ਜੀ ਕਹਿੰਨੇ ਜਰੂਰ ਕਹਿੰਨੇ ਕਿ ਸਰਕਾਰ ਦੱਸੇ ਉਹਨਾਂ ਅਸੀਂ ਤੇ ਕੀ ਦੱਸੀਏ ਜੇ ਮੁੱਦੇ ਚੁੱਕੇ ਉਹਨਾਂ ਨੇ ਉਹ ਤਾਂ ਸਵਾਲ ਉਹਨਾਂ ਨੇ ਕਰਕੇ ਰੱਖਿਆ ਸਰਕਾਰ ਨੂੰ ਅਸੀਂ ਵੀ ਇਹੀ ਚੱਕਦੇ ਆ ਅਸੀਂ ਵੀ ਇਹੋ ਚੱਕਦੇ ਆ ਤਾਂ ਉਹ ਪੋਲੀਟੀਸ਼ਨ ਐ ਤਾਂ ਉਹਨਾਂ ਨੇ ਚੱਕੇ ਤਾਂ ਉਹਨਾਂ ਪੋਲੀਟੀਸ਼ਨ ਜਵਾਬ ਦੇ ਦੇਣਾ ਬਈ ਕਿੱਥੇ ਕੀ ਹੋਇਆ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਭਾਈ ਹੁਣ ਅੱਜ ਹੀ ਚੀਮਾ ਸਾਹਿਬ ਦੇ ਮੂੰਹੋਂ ਸੁਣੋਗੇ ਉਹ ਤੁਹਾਨੂੰ ਦੱਸ ਦੇਣਗੇ ਅੰਕੜੇ ਕਿ ਰੈਵਨਿਊ ਚ ਇੰਨਾ ਇਜ਼ਾਫਾ ਹੋ ਗਿਆ ਭਾਈ ਲਿਕਰ ਚ ਅਸੀਂ ਇੰਨਾ ਖੱਟ ਲਿਆ ਇੰਨਾ ਖੱਟ ਲਿਆ ਤਾਂ ਜਿੱਥੇ ਚੀਜ਼ਾਂ ਪੂਰੀਆਂ ਨਹੀਂ ਹੋਈਆਂ ਉੱਥੇ ਉਹ ਬਾਈਪਾਸ ਲੰਘ ਜਾਂਦੇ ਨੇ ਕਰੀਏ ਕੀ ਸਿੱਧੂ ਸਾਹਿਬ ਹੋ ਰਹੇ ਉਹ 5 ਸਾਲ ਰਾਜ ਕਰਕੇ ਚਲੇ ਗਏ ਨੇ ਉਹ ਕਦੇ ਜਵਾਬ ਦੇ ਨਹੀਂ ਹੋਣਗੇ ਉਹਨਾਂ ਨੇ ਆਪਣਾ ਰੌਣ ਧੋਣ ਸ਼ੁਰੂ ਕਰ ਦੇਣਾ ਸਾਨੂੰ ਕੈਪਟਨ ਲੈ ਗਿਆ ਜੀ ਸਾਡੇ ਤੋਂ ਐ ਹੋ ਗਿਆ ਸਾਡੇ ਤੋਂ ਐ ਹੋ ਗਿਆ ਹੁਣ ਵਾਲੇ ਆ ਹੁਣ ਵਾਲੇ ਜਿਹੜੇ ਉਹਨਾਂ ਨੂੰ ਮਤਲਬ ਕਿ ਲੱਗਦੇ ਆਂਕੜੇ ਵੀ ਸਾਡੇ ਲਈ ਇਹ ਰਚਨਾਤਮਕ ਆ ਇਹ ਸਾਡੇ ਲਈ ਫਾਇਦੇਮੰਦ ਆ ਉਹ ਗਿਣਾ ਜਾਣਗੇ ਦੂਜੇ ਛੱਡ ਜਾਣਗੇ ਰਾਜਨੀਤੀ ਤਾਂ ਹੀ ਹੁੰਦੀ ਆ ਅਸੀਂ ਇਹ ਗੱਲ ਕਹਿੰਨੇ ਆ ਕਿ ਭਾਈ ਪੰਜਾਬ ਵਾਸਤੇ ਤੁਹਾਨੂੰ ਇੱਕ ਅੱਛੀ ਟੀਮ ਚਾਹੀਦੀ ਆ ਜੀ ਮੈਂ ਹਮੇਸ਼ਾ ਇਹ ਗੱਲ ਕਹਨਾ ਕਿ ਕੁਝ ਆਪਰੇਸ਼ਨ ਇਦਾਂ ਦੇ ਹੁੰਦੇ ਆ ਜਿੱਥੇ ਇੱਕ ਡਾਕਟਰ ਨਹੀਂ ਕਰਦਾ ਡਾਕਟਰਾਂ ਦੀ ਟੀਮ ਹੁੰਦੀ ਆ ਕਿਉਂਕਿ ਆਪਰੇਸ਼ਨ ਬਹੁਤ ਕ੍ਰਿਟੀਕਲ ਹੁੰਦੇ ਆ ਹਾਂਜੀ ਉਹ ਟੀਮ ਵਰਕ ਹੋਏਗਾ ਸਾਨੂੰ ਇਦਾਂ ਦੇ ਇੱਕ ਡਾਕਟਰਾਂ ਦੀ ਟੀਮ ਚਾਹੀਦੀ ਆ ਚਲੋ ਵਿਰੋਧੀ ਧਿਰ ਆ ਵਿਰੋਧੀ ਧਿਰ ਨੇ ਸਵਾਲ ਚੁੱਕਣੇ ਆ ਜੀ ਪਰ ਸਾਨੂੰ ਸੱਤਾਧਾਰੀਆਂ ਚੋਂ ਇੱਕ ਅਜਿਹੀ ਟੀਮ ਚਾਹੀਦੀ ਆ ਜਿਹੜੀ ਮਤਲਬ ਕਿ ਜੜੀ ਕੱਢ ਦੇਵੇ ਜਿਵੇਂ ਆਪੋ ਗੰਨਣ ਕਿ ਕੈਂਸਰ ਦੀ ਜੜੋ ਖਤਮ ਕਰਨੀ ਹੁੰਦੀ ਆ ਨਹੀਂ ਤਾਂ ਕੈਂਸਰ ਫੇਰ ਹੋ ਜਾਂਦਾ ਸਾਨੂੰ ਉਹ ਆਪਰੇਸ਼ਨ ਕਰਨ ਵਾਲਾ ਜਾਂ ਉਹ ਇਸ ਤਰ੍ਹਾਂ ਦਾ ਆਪਰੇਟ ਕਰਨ ਵਾਲਾ ਇੱਕ ਦਸਤਾ ਜਹੀਦਾ ਟੀਮ ਚਾਹੀਦੀ ਹੈਗਾ ਉਹ ਟੀਮ ਦੀ ਲੋੜ ਆ ਉਹ ਟੀਮ ਦੀ ਜ਼ਰੂਰਤ ਹੈ ਟੀਮ ਵਰਕ ਸਾਡੇ ਲਈ ਬਹੁਤ ਅਹਿਮਿਆਤ ਰੱਖਦਾ ਪੰਜਾਬ ਵਾਸਤੇ ਜੀ ਜੀ